ਕੱਲ੍ਹ ਤੋਂ ਪੰਜਾਬ ਸਰਕਾਰ ਗੱਲਬਾਤ ਕਰ ਰਹੀ ਸੀ। ਮੈਂ ਤੁਹਾਨੂੰ ਦੱਸਦਾ, ਪਹਿਲਾਂ ਹਰਿਆਣਾ ਸਰਕਾਰ ਗੱਲਬਾਤ ਲਈ ਲੱਗੀ ਸੀ। ਉਹਨਾਂ ਦੀ ਇੱਕ ਕੰਡੀਸ਼ਨ ਸੀਗੀ ਵੀ ਤੁਸੀਂ ਕੀ ਮੋਰਚਾ ਮੁਲਤਵੀ ਕਰੋਗੇ। ਅਸੀਂ ਕਿਹਾ ਦੇ ਤੱਕ ਕਿਸੇ ਕੀਮਤ 'ਤੇ ਕੰਡੀਸ਼ਨ ਉਹਨਾਂ 'ਤੇ ਗੱਲ ਕਰਨੀ ਨਹੀਂ ਪੈ। ਫਿਰ ਕਹਿੰਦੇ ਜੀ ਖੱਟਰ ਸਾਹਿਬ ਗੱਲ ਕਰਨਾ ਚਾਹੁੰਦੇ ਆ। ਅਸੀਂ ਕਿਹਾ ਵੀ ਹਰਿਆਣਾ ਸਰਕਾਰ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਹੈਗਾ। ਹੁਣ ਹਰਿਆਣਾ ਸਰਕਾਰ ਨੋਟੀਫਿਕੇਸ਼ਨ ਕਰ ਰਹੀ ਆ ਵੀ ਤੇਲ ਟਰੈਕਟਰਾਂ 'ਚ ਨਾ ਪਾਇਆ ਜਾਵੇ ਜਾਂ ਕੁਝ ਇਹੋ ਜਿਹੀਆਂ ਗੱਲਾਂ ਆ ਰਹੀਆਂ। ਬਥੇਰਾ ਪੰਜਾਬ 'ਚ ਤੇਲ ਆ, ਜਿੰਨਾ ਮਰਜ਼ੀ ਲੈ ਜਾਓ ਮੇਰੇ ਵੀਰ ਆ ਕੇ। ਇੱਕ ਬੰਨੇ ਵਾਰਤਾ ਹੋ ਰਹੀ ਆ ਔਰ ਇੱਕ ਬੰਨੇ ਜਿਹੜਾ ਵਾ ਇਸ ਕਿਸਮ ਦੀਆਂ ਗੱਲਾਂ। ਮੈਂ ਸਰਵਣ ਸਿੰਘ ਪੰਧੇਰ ਬਈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ। ਇਸ ਵੇਲੇ ਜਿਹੜਾ ਸਾਡਾ ਸੈਂਕੜੇ ਜਥੇਬੰਦੀਆਂ ਦਾ ਫੋਰਮ ਬਣਿਆ ਵਾ, ਕਿਸਾਨ ਮਜ਼ਦੂਰ ਮੋਰਚਾ, ਉਸ ਮੋਰਚੇ ਦਾ ਕੋਆਰਡੀਨੇਟਰ ਹਾਂ ਜੀ। ਇਸ ਕਰਕੇ ਕਿਉਂਕਿ ਸਾਰੇ ਜਾਣਕਾਰੀ ਮੰਗ ਰਹੇ ਸੀ, ਇੱਕ ਤਾਂ ਗੱਡੀ 'ਚ ਜਾ ਰਹੇ ਹਾਂ, ਥੋੜ੍ਹਾ ਫੋਟੋ ਉੱਪਰ ਨੀਚੇ ਹੋ ਸਕਦੀ ਆ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ, ਸਾਡਾ ਮੈਸੇਜ ਜਿਹੜਾ ਵਾ ਚੱਲਦਾ ਰਹੇ। ਬਾਜਵੂਜ ਬਾਰੇ ਦੱਸ ਦਿਓ, ਇੱਕ ਤਾਂ ਹੈਗੀ ਵੀ ਰਾਤ ਕੱਲ੍ਹ ਤੋਂ ਪੰਜਾਬ ਸਰਕਾਰ ਗੱਲਬਾਤ ਕਰ ਰਹੀ ਸੀ। ਮੈਂ ਤੁਹਾਨੂੰ ਦੱਸਦਾ, ਪਹਿਲਾਂ ਹਰਿਆਣਾ ਸਰਕਾਰ ਗੱਲਬਾਤ ਲਈ ਲੱਗੀ ਸੀ। ਉਹਨਾਂ ਦੀ ਇੱਕ ਕੰਡੀਸ਼ਨ ਸੀਗੀ ਵੀ ਤੁਸੀਂ ਕੀ ਮੋਰਚਾ ਮੁਲਤਵੀ ਕਰੋਗੇ। ਅਸੀਂ ਕਿਹਾ ਦੇ ਤੱਕ ਕਿਸੇ ਕੀਮਤ 'ਤੇ ਕੰਡੀਸ਼ਨ ਉਹਨਾਂ 'ਤੇ ਗੱਲ ਕਰਨੀ ਨਹੀਂ ਚਾਹੀਦੀ, ਠੀਕ ਹੈ, ਇਹ ਕੋਈ ਮਤਲਬ ਹੀ ਨਹੀਂ ਹੈਗਾ ਕਿ ਉਹ ਮੋਰਚਾ ਅਸੀਂ ਕੈਂਸਲ ਕਰਾਂਗੇ ਜੇ ਸਰਕਾਰ ਨੇ ਗੱਲ ਕਰਨੀ। ਫਿਰ ਕਹਿੰਦੇ ਜੀ ਖੱਟਰ ਸਾਹਿਬ ਗੱਲ ਕਰਨਾ ਚਾਹੁੰਦੇ ਆ। ਅਸੀਂ ਕਿਹਾ ਵੀ ਹਰਿਆਣਾ ਸਰਕਾਰ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਹੈਗਾ, ਠੀਕ ਹੈ ਜੀ। ਮੰਗ ਪੱਤਰ ਤਾਂ ਸਾਡਾ ਕੇਂਦਰ ਸਰਕਾਰ ਨਾਲ ਡਿਪੈਂਡਡ ਆ। ਤੋਂ ਫਿਰ ਦੂਜਾ ਉਹਨਾਂ ਨੇ ਕਹਿਤਾ ਵੀ 14 ਤੱਕ ਕੋਈ ਮੰਤਰੀ ਨਹੀਂ ਵਿਹਲਾ ਹੈਗਾ। ਤੋਂ ਉੱਧਰੋਂ ਫਿਰ ਗੱਲਬਾਤ ਸਾਡੀ ਟੁੱਟ ਗਈ ਸੀ, ਉਹ ਗੱਲਬਾਤ ਸਿਰੇ ਨਹੀਂ ਸੀ ਲੱਗੀ। ਫਿਰ ਪੰਜਾਬ ਵਾਲੇ ਪਾਸਿਓਂ ਗੱਲਬਾਤ ਚੱਲਦੀ ਸੀਗੀ ਔਰ ਉਹ ਗੱਲਬਾਤ 'ਚ ਫਿਰ ਰਾਤ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਦੋਵੇਂ ਫੋਰਮਾਂ ਨਾਲ ਗੱਲ ਕੀਤੀ ਆ। ਤਾਂ ਡੱਲੇਵਾਲ ਸਾਹਿਬ ਵੀ ਸੀਗੇ ਨਾਲ, ਮੈਂ ਵੀ ਸੀਗਾ, DGP ਪੰਜਾਬ, ADGP ਸਾਹਿਬ ਸਾਰੇ ਸੀਗੇ। ਤਾਂ ਉਹਦੇ ਵਿੱਚ ਗੱਲਬਾਤ ਹੋਈ ਸੀ ਵੀ ਯਾਰ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਜੇ ਤੁਸੀਂ ਮੋਰਚਾ ਲਾਓਗੇ ਜਾ ਕੇ ਦਿੱਲੀ ਤਾਂ ਫਿਰ ਵੀ ਤੁਸੀਂ ਗੱਲ ਹੀ ਕਰੋਗੇ, ਠੀਕ ਆ। ਅਸੀਂ ਆਖਿਰ ਗੱਲ ਤਾਂ ਠੀਕ ਆ, ਅਸੀਂ ਤਾਂ ਗੱਲ ਕਰਾਂਗੇ, ਅਸੀਂ ਕਦੋਂ ਕਹਿੰਦੇ ਹਾਂ। ਤਾਂ ਫਿਰ ਸਾਨੂੰ ਕਹਿੰਦਾ ਵੀ ਇੱਕ ਵਾਰੀ ਆਪਾਂ ਗੱਲ ਤਾਂ ਕਰੀਏ, ਬਹੀਏ ਤਾਂ ਸਹੀ। ਤਾਂ ਫਿਰ ਸਾਡੇ ਵੱਲੋਂ ਸੀਗਾ ਵੀ ਆਉਣ ਕਿਹੜਾ ਰਿਹਾ ਵਾ, ਵੀ ਕੇਂਦਰ ਦੇ ਕੋਈ ਮੰਤਰੀ ਬਹਿਣੇ ਚਾਹੀਦੇ ਆ। ਉਹਨਾਂ ਨੇ ਕਿਹਾ ਮੈਨੂੰ 5 ਮਿੰਟ ਦਿਓ। 5-7 ਮਿੰਟਾਂ ਬਾਅਦ ਫਿਰ ਉਹਨਾਂ ਦਾ ਫੋਨ ਆ ਗਿਆ ਵੀ ਮੇਰੀ ਗੱਲਬਾਤ ਹੋ ਗਈ। ਉਹਨਾਂ ਦੇ ਜੋ ਉਹਨਾਂ ਨੇ ਮੀਟਿੰਗ ਦੱਸਿਆ ਸੀ, ਹੁਣ ਕੀ ਹੁੰਦਾ ਮੀਟਿੰਗ 'ਚ, ਤਾਂ ਮੀਟਿੰਗ 'ਚ ਜਾ ਕੇ ਪਤਾ ਲੱਗੂ ਵੀ ਅਰਜੁਨ ਮੁੰਡਾ ਜੀ ਜਿਹੜੇ ਖੇਤੀਬਾੜੀ ਮੰਤਰੀ ਨੇ ਔਰ ਇਹਦੇ ਨਾਲ ਨਾਲ ਜਿਹੜੇ ਪਿਊਸ਼ ਗੋਇਲ ਜੀ ਔਰ ਕੋਈ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਸੀਗੇ ਵੀ ਇਹਨਾਂ ਨਾਲ ਵਾਰਤਾ ਹੋਊਗੀ। ਉਹ ਮੈਂ ਚੰਡੀਗੜ੍ਹ ਉਹਨਾਂ ਨੂੰ ਰਿਕੁਐਸਟ ਕਰ ਲੈਂਦਾ ਵੀ ਉਹ ਆਉਣ। ਉਦੋਂ ਬਾਅਦ ਸੀਗਾ ਵੀ ਕੋਈ ਸਰਕਾਰ ਇਹਦੇ ਬਾਰੇ ਚਿੱਠੀ ਜਾਰੀ ਕਰੇ। ਫਿਰ ਦੋਵਾਂ ਧਿਰਾਂ ਦੀ ਸਹਿਮਤੀ ਬਣੀ ਵੀ ਸਰਕਾਰ ਜਿਹੜਾ ਪੰਜਾਬ ਸਰਕਾਰ ਦਾ ਖੇਤੀਬਾੜੀ ਮਹਿਕਮਾ ਵਾ ਮੰਤਰਾਲੇ ਆ, ਉਹ ਚਿੱਠੀ ਤੁਹਾਨੂੰ ਭੇਜੂਗਾ। ਉਹ ਚਿੱਠੀ ਸਾਨੂੰ ਮਿਲ ਗਈ ਆ।
ਵੀ ਕੇਂਦਰ ਦਾ ਵਫਦ ਜਿਹੜਾ ਵਾ ਕਿਸਾਨਾਂ ਨਾਲ ਵਾਰਤਾ ਕਰਦਾ ਆ ਰਿਹਾ। ਬਕਾਇਦਾ ਜਿਹੜੀ ਚਿੱਠੀ ਦੇ ਵਿੱਚ ਸਾਡੇ ਨਾਮ ਆ, ਫੋਰਮਾਂ ਦੇ ਨਾਮ ਆ। ਚਲੋ ਹੁਣ ਮੀਟਿੰਗ ਕੀ ਨਿਬੜਦੀ ਹੈ ਕੀ ਨਹੀਂ ਨਿਬੜਦੀ, ਇਹ ਸਮੇਂ ਦੀ ਗਰਭ 'ਚ ਲੁਕਿਆ ਹੈਗਾ ਵਾ ਭਰਾਵੋ। ਜੇ ਅੱਜ ਵਾਰਤਾ ਹੋ ਰਹੀ ਆ ਤੇ ਇਹ ਪੂਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਔਰ ਆਮ ਲੋਕਾਂ, ਜਿਹੜੀ ਸਾਡੀ ਸਿਵਲ ਸੁਸਾਇਟੀ ਆ, ਜਿਹੜੇ ਪਹਿਲੋਂ ਸਾਡੇ ਸਹਿਯੋਗੀ ਰਹੇ ਨੇ, ਜਿੰਨੇ ਵੀ ਨੇ, ਚਾਹੇ ਭਾਵੇਂ ਉਹ ਵਕੀਲ ਭਾਈਚਾਰਾ ਸੀ, ਛੋਟਾ ਵਪਾਰੀ ਭਾਈਚਾਰਾ ਸੀਗਾ, ਟਰਾਂਸਪੋਰਟ ਵਾਲਾ ਸਾਡਾ ਭਾਈਚਾਰਾ ਸੀਗਾ, NRI ਭਾਈਚਾਰਾ ਸੀਗਾ, ਗਾਇਕ ਸੀਗੇ ਸਾਡੇ, ਬੁੱਧੀਜੀਵੀ ਸੀਗੇ ਸਾਡਾ, ਪੱਤਰਕਾਰ ਭਾਈਚਾਰਾ ਸੀਗਾ, ਜਾਣੀ ਆਲ ਸਾਰੀ ਸਿਵਲ ਸੁਸਾਇਟੀ ਕਿਹਦੇ ਕਿਹਦੇ ਨਾਂ ਲਈ ਗਏ, ਉਹ ਸਾਰਿਆਂ ਦੀ ਇਹ ਸਹਿਯੋਗ ਨਾਲ ਔਰ ਕਿਸਾਨ ਮਜ਼ਦੂਰ ਜਿਹੜੇ ਇਸ ਮੈਦਾਨ ਦੇ ਵਿੱਚ ਡਟੇ ਹੋਏ ਆ। ਔਰ ਸਭ ਤੋਂ ਵੱਡੀ ਗੱਲ, ਜਿਵੇਂ ਪੰਜਾਬ ਦੀਆਂ ਤਿਆਰੀਆਂ, ਜਿਵੇਂ ਹੁਣ ਲੱਗਦਾ ਕੇਂਦਰ ਨੂੰ ਵੀ ਇਹ ਲੱਖਾਂ ਕਿਸਾਨਾਂ ਮਜ਼ਦੂਰ ਜਿਹੜੇ ਆ ਦਿੱਲੀ ਵੱਲ ਨੂੰ ਚਾਲੇ ਪਾ ਰਹੇ ਨੇ, ਤੋ ਉਹਦੇ ਵਾਸਤੇ ਉਹਨਾਂ ਨੂੰ ਗੱਲ ਕਰਨੀ ਪਈ ਆ। ਚੰਗੀ ਗੱਲ ਹੈ, ਇਹਨੂੰ ਮਾੜੀ ਨਹੀਂ ਕਹਿਣਾ ਚਾਹੀਦਾ। ਜੇ ਕੇਂਦਰ ਸਰਕਾਰ ਗੱਲ ਕਰਦੀ ਆ ਤਾਂ ਮਾੜੀ ਗੱਲ ਨਹੀਂ ਹੈਗੀ। ਦੂਸਰਾ, ਜਿਵੇਂ ਹਰਿਆਣੇ ਦੇ ਵਿੱਚ ਆਪਾਂ ਸਰਗਰਮੀ ਵੇਖੀ ਆ, ਹਰਿਆਣੇ ਨੇ ਜਿਵੇਂ ਤਿਆਰੀ ਕੀਤੀ ਆ, ਹਰਿਆਣੇ ਦੀ ਤਿਆਰੀ ਨੇ ਜ਼ਿਆਦਾ ਹੋਰ ਪ੍ਰੈਸ਼ਰ ਪਾਇਆ ਕੇਂਦਰ ਦੇ ਉੱਤੇ। ਹਲੇ ਹਰਿਆਣੇ ਦੇ ਵਿੱਚ ਹੋਰ ਕੁਛ, ਬਹੁਤ ਕੁਛ ਹੋ ਰਿਹਾ, ਮੈਂ ਤੁਹਾਨੂੰ ਬਾਅਦ 'ਚ ਦੱਸਦਾ ਇਹਦੇ ਬਾਰੇ। ਔਰ ਦੂਸਰੀ ਬੇਨਤੀ ਆ ਸਾਡੀ ਵੀ ਪੂਰੇ ਦੇਸ਼ ਦੇ ਵਿੱਚੋਂ ਵੀ, ਚਾਹੇ ਉਹ ਤਾਮਿਲਨਾਡੂ ਸੀਗਾ, ਚਾਹੇ ਕੇਰਲਾ ਸੀ, ਚਾਹੇ ਬਿਹਾਰ ਸੀਗਾ, ਮੱਧ ਪ੍ਰਦੇਸ਼ ਸੀਗਾ, ਯੂਪੀ ਸੀਗਾ, ਉੱਤਰਾਖੰਡ ਸੀਗਾ, ਚਾਹੇ ਇਹਦੋ ਗਾਹਾਂ ਰਾਜਸਥਾਨ ਸੀਗਾ, ਸਾਰੇ ਸੂਬਿਆਂ 'ਚ ਵਿਦ ਪੌਂਡੀਚੇਰੀ ਅਤੇ ਹੋਰ ਕਰਨਾਟਕਾ, ਤੇਲੰਗਾਨਾ, ਸਾਰੇ ਥਾਵਾਂ ਤੋਂ ਤਿਆਰੀ ਸੀਗੀ। ਤਾਂ ਉਸ ਤਿਆਰੀ ਨੇ ਵੀ ਸਰਕਾਰ 'ਤੇ ਪ੍ਰੈਸ਼ਰ ਬਿਲਡਅਪ ਕੀਤਾ ਆ ਵੀ ਕਿਸਾਨ ਕਿੱਡੀ ਤਕੜੇ ਹੋ ਕੇ ਜਿਹੜਾ ਵਾ ਉਹ ਜਾ ਰਿਹਾ। ਤੋ ਅੱਜ ਜਿਹੜੀ ਮੀਟਿੰਗ ਆ, ਇਹਦੇ 'ਚੋਂ ਗਾਹਾਂ ਪਤਾ ਲੱਗੂ। ਬਾਕੀ ਸਾਡੀ ਆ ਵੀ ਜੇ ਹੁਣ ਹਰਿਆਣਾ ਸਰਕਾਰ ਨੋਟੀਫਿਕੇਸ਼ਨ ਕਰ ਰਹੀ ਆ ਵੀ ਤੇਲ ਟਰੈਕਟਰਾਂ 'ਚ ਨਾ ਪਾਇਆ ਜਾਵੇ ਜਾਂ ਕੁਝ ਇਹੋ ਜਿਹੀਆਂ ਗੱਲਾਂ ਆ ਰਹੀਆਂ, ਬਥੇਰਾ ਪੰਜਾਬ 'ਚ ਤੇਲ ਆ, ਜਿੰਨਾ ਮਰਜ਼ੀ ਲੈ ਜਾਓ ਮੇਰੇ ਵੀਰ ਆ ਕੇ, ਤਾਂ ਇਹ ਗੱਲਾਂ ਵੀ ਕਰਾਂਗੇ ਵੀ ਇੱਕ ਬੰਨੇ ਵਾਰਤਾ ਹੋ ਰਹੀ ਆ ਔਰ ਇੱਕ ਬੰਨੇ ਜਿਹੜਾ ਵਾ ਇਸ ਕਿਸਮ ਦੀਆਂ ਗੱਲਾਂ। ਤੋ ਕਿਸਾਨਾਂ, ਜਿਹੜੇ ਪੰਜਾਬ ਦੇ ਕਿਸਾਨ ਆ, ਉਹ ਵੀ ਧਿਆਨ ਵਿੱਚ ਰੱਖਣ, ਉਹ ਤੇਲ ਪਵਾ ਲੈਣ, ਕੋਈ ਟਰੈਕਟਰ ਸਾਡਾ ਰਵੇ ਨਾ ਵੀ ਜਿਹੜਾ ਉਹ 'ਚ ਤੇਲ ਨਾ ਪਵੇ, ਅਤੇ ਇਹਦੋ ਗਾ ਹਰਿਆਣੇ ਵਾਲਿਆਂ ਵਾਸਤੇ ਆਪਾਂ ਇੱਥੋਂ ਹੀ ਤੇਲ ਲੈ ਜਾਈਏ, ਪੰਜਾਬ 'ਚ ਵਾਧੂ ਤੇਲ ਆ, ਠੀਕ ਆ ਬਾਈ, ਇਹ ਜ਼ਰੂਰੀ ਬੇਨਤੀ ਵੀ ਇੱਥੋਂ ਤੇਲ ਲੈ ਜਾਈਏ, ਡਰਾਮਾ ਦੇ ਡਰਾਮਾ ਇਹ ਕਿਹੜੀ ਗੱਲ ਆ, ਠੀਕ ਆ ਜੀ। ਅਤੇ ਹਰਿਆਣੇ ਵਾਲਿਆਂ ਦੀ ਜਿਹੜੀ ਤੋਟ ਆ ਰਹੀ ਆ ਤੇਲ ਦੀ, ਉਹ ਵੀ ਪੂਰੀ ਕਰ ਦਈਏ। ਤੋ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ, ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਦੂਸਰਾ, ਦੇਖੋ ਵਾਰਤਾ ਦੇ ਵਿੱਚ ਅੱਜ ਹੁਣ ਇਹਦੇ 'ਤੇ ਟਿੱਪਣੀ ਕਰਨਾ ਬੜਾ ਚੰਗਾ ਨਹੀਂ ਹੈ, ਪਰ ਸਰਕਾਰ ਗੱਲਬਾਤ 'ਚ ਸੱਦ ਕੇ ਨਾ ਨਿਬੜੇ
ਕੋਈ ਗੱਲ ਨੀ, ਉਹ ਵੱਖਰੀ ਗੱਲ ਆ, ਉਹਦੀ ਮਰਜ਼ੀ ਆ। ਜਿਸ ਕਿਸਮ ਦੀਆਂ ਸਾਡੀਆਂ ਮੰਗਾਂ ਨੇ, ਜਿਸ ਕਿਸਮ ਦਾ ਸਾਡਾ ਮਸਲੇ ਆ, ਇਹ ਇੱਕ ਅੱਧੀ ਵਾਰ ਤਾਂ ਨਾ ਨਿਬੜਨ ਵਾਲੇ ਨਹੀਂ ਹੈਗੇ। ਭਾਵੇਂ ਕਿਸਾਨ ਆਗੂਆਂ ਨੂੰ ਇਹ ਗੱਲ ਦਾ ਪਤਾ ਹੋਵੇ ਵੀ ਯਾਰ ਮੀਟਿੰਗ 'ਚ ਤਾਂ ਕੁਛ ਨਹੀਂ ਹੋਣਾ ਹੈਗਾ, ਪਰ ਫਿਰ ਵੀ ਗੱਲਬਾਤ ਲਈ ਜਾਣਾ ਬਣਦਾ ਹੈਗਾ ਵੀ ਸਰਕਾਰ ਨੂੰ ਇਹ ਮੌਕਾ ਨਹੀਂ ਦੇਣਾ ਆਪਾਂ ਵੀ ਉਹ ਕਹਿਣ ਵੀ ਇਹ ਕਿਸਾਨ ਤਾਂ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈਗੇ। ਭਾਵੇਂ ਕਿ ਜਿੱਦਣ ਮੋਰਚਾ ਲੱਗ ਗਿਆ, ਜਿੱਦਣ ਦਿੱਲੀ ਮੋਰਚਾ ਵੀ ਅਸੀਂ ਲਾ ਲਿਆ, ਉੱਦਣ ਵੀ ਸਾਰੇ ਮਸਲੇ ਟੇਬਲ ਤੇ ਬਹਿ ਕੇ ਡਿਸਕਸ ਹੋਣੇ ਆ, ਟੇਬਲ ਦੇ ਵਿੱਚ ਹੀ ਗੱਲਬਾਤ ਹੋਣੀ ਆ, ਤਾਂ ਫਿਰ ਇਸ ਗੱਲ ਤੋਂ ਇਨਕਾਰ ਹੀ ਨਹੀਂ ਕੀਤਾ ਜਾ ਸਕਦਾ। ਤਾਂ ਜਿੰਨੀ ਵਾਰ ਸੱਦਾ ਆਊਗਾ ਉਹ ਸੱਦੇ ਤੇ ਅਸੀਂ ਗੱਲ ਕਰਾਂਗੇ, ਪਰ ਉਹਨਾਂ ਵਿੱਚ ਕੀ ਕੁਝ ਹੁੰਦਾ, ਸਰਕਾਰ ਕੀ ਬੋਲ ਰਹੀ ਆ, ਸਰਕਾਰ ਦਾ ਰੌਂ ਕੀ ਆ, ਸਰਕਾਰ ਕੁਛ ਦੇਣਾ ਚਾਹੁੰਦੀ ਆ ਨਹੀਂ ਦੇਣਾ ਚਾਹੁੰਦੀ ਆ, ਸਰਕਾਰ ਮਸਲੇ ਨੂੰ ਟਾਲਣਾ ਚਾਹੁੰਦੀ ਆ, ਕੁਛ ਵੀ ਜੋ ਵੀ ਅੱਜ ਹੁਣ ਨਹੀਂ ਕੋਈ ਕਹਿ ਸਕਦੇ, ਤਾਂ ਮੀਟਿੰਗ ਤੋਂ ਬਾਅਦ ਜੋ ਵੀ ਗੱਲ ਨਿਕਲ ਕੇ ਆਊਗੀ ਉਹ ਗੱਲ ਜਿਹੜੀ ਆ ਉਹ ਸਾਰਿਆਂ ਨਾਲ ਸਾਂਝੀ ਕੀਤੀ ਜਾਊਗੀ। ਔਰ ਦੋ ਵੱਡੇ ਫੋਰਮ ਨੇ, ਉਹਦੀਆਂ ਸੈਂਕੜੇ ਜਥੇਬੰਦੀਆਂ ਨੇ, ਉਹਦੇ ਵਿੱਚ ਮੁੜ ਕੇ ਸਾਰੀ ਗੱਲ ਰੱਖੀ ਜਾਣੀ ਆ, ਔਰ ਜਿੰਨਾ ਚਿਰ ਸਾਰੀਆਂ ਸਹਿਮਤੀ ਨਹੀਂ ਦਿੰਦੀਆਂ ਉਹਨਾਂ ਚਿਰ ਕੋਈ ਵੀ ਫੈਸਲਾ ਨਹੀਂ ਹੋਣਾ ਹੈਗਾ। ਇਸ ਕਰਕੇ ਗੱਲਬਾਤ ਕਰਦੇ ਹਾਂ, ਫਿਰ ਕੀ ਬਣਦਾ ਕੀ ਨਹੀਂ ਬਣਦਾ ਇਹਦੇ ਬਾਰੇ ਅਗਲੀ ਗੱਲ ਕਰਾਂਗੇ। ਪਰ ਪੰਜਾਬ ਵਾਲਿਓ, ਜਿਹੜੀ ਕੇਂਦਰ ਸਰਕਾਰ ਪਿਛਲੇ 2 ਸਾਲਾਂ 'ਚ ਗੱਲ ਵੀ ਨਹੀਂ ਸੀ ਕਰ ਰਹੀ, ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਭਰਾਓ, ਇਹ ਤੁਹਾਡੀ ਤਾਕਤ ਆ, ਗੱਲਬਾਤ ਹੋ ਰਹੀ ਆ, ਲੀਡਰਸ਼ਿਪ ਨਾਲ ਹੀ ਹੋਣੀ ਹੁੰਦੀ ਆ, ਪਰ ਇਹ ਸਾਰੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਘਾਲਣਾ ਵਾ, ਉਹ ਪਿਛਲੇ 2 ਮਹੀਨਿਆਂ 'ਚ ਐ ਜ਼ੀਰੋ ਟੈਂਪਰੇਚਰ ਦੇ ਵਿੱਚ ਜਾਨ ਮਾਰ ਰਹੇ ਆ, ਲੱਗੇ ਹੋਏ ਆ, ਡਟੇ ਹੋਏ ਆ, ਔਰ ਉਹਨਾਂ ਦੀ ਜਿਹੜੀ ਜਾਨ ਮਾਰਨ ਵਾਲੀ ਗੱਲ ਆ ਉਹ ਅੱਜ ਸਫਲ ਹੋ ਰਹੀ ਆ। ਵੀ ਅਸੀਂ ਇੱਕ ਵਾਰੀ ਕੇਂਦਰ ਨੂੰ ਗੱਲਬਾਤ ਲਈ ਮਜਬੂਰ ਕੀਤਾ, ਕੇਂਦਰ ਗੱਲ ਕਰ ਰਿਹਾ ਵਾ। ਦੂਸਰੀ ਗੱਲ ਆ ਵੀ ਜੇ ਪੰਜਾਬ ਦਾ ਮੁੱਖ ਮੰਤਰੀ ਇਹ ਇਸ ਗੱਲ ਲਈ ਕਾਇਲ ਆ, ਉਹਨੇ ਅੱਗੇ ਹੋ ਕੇ ਆਇਆ ਵੀ ਮੈਂ ਤੁਹਾਡੀ ਗੱਲ ਕਰਾਉਣਾ ਹੈਗਾ ਵਾ, ਔਰ ਉਹਨੇ ਬਕਾਇਦਾ ਸਾਡੇ ਨਾਲ ਗੱਲ ਕੀਤੀ ਆ, ਔਰ ਪਹਿਲੋਂ ਕਦੀ ਘੋਲਾ 'ਚ ਹੋਇਆ ਨਹੀਂ, ਚੰਗੀ ਗੱਲ, ਇਹਨੂੰ ਮਾੜੀ ਨਹੀਂ ਕਹਿ ਸਕਦੇ ਕਿ ਅਸੀਂ ਕਹੀਏ ਵੀ ਕੋਈ ਮੁੱਖ ਮੰਤਰੀ ਬਈ ਕਰਾ ਲਾ ਵੀ ਗੱਲ ਵੀ ਕੀ ਹੈ। ਹਾਂ, ਗੱਲਬਾਤ ਅਸੀਂ ਕਰਨੀ ਹੈ, ਗੱਲਬਾਤ ਮੰਗਾਂ ਕੀ ਆ ਅਸੀਂ ਸੋਚਣੀਆਂ, ਉਹ ਗੱਲਬਾਤ ਕਿਵੇਂ ਸਿਰੇ ਲੱਗਣੀ ਆ ਇਹ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਫੈਸਲਾ ਕਰਨਗੀਆਂ, ਉਹ ਇਕੱਲੇ ਕਰੇ ਕਿਸੇ ਨੇ ਨਹੀਂ ਕਰ ਦੇਣਾ। ਤੋ ਇਸ ਕਰਕੇ ਚੰਗੀ ਗੱਲ ਆ ਪੰਜਾਬ ਸਰਕਾਰ ਨੂੰ ਵੀ ਜੇ ਉਹ ਮੁੱਖ ਮੰਤਰੀ ਸਾਹਿਬ ਹਿੰਮਤ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਅਸੀਂ ਗੱਲਬਾਤ ਨੂੰ ਨਿਬੇੜੀਏ। ਤੋ ਇਸ ਕਰਕੇ ਇਹ ਗੱਲਬਾਤ ਸੀ, ਬਾਕੀ ਆਪਾਂ ਅੰਦੋਲਨ ਦੀ ਤਿਆਰੀ, ਸਾਡੇ ਸਾਹਮਣੇ ਜ਼ਿੰਮੇਵਾਰੀ ਵੱਧ ਗਈ ਆ ਅੱਗੇ ਨਾਲੋਂ ਵੀ ਹੋਰ ਵੱਧ ਕੇ ਕਰਨੀ ਹੈਗੀ। ਸੋ ਜਿਵੇਂ ਪਿੰਡਾਂ 'ਚ ਮੈਂ ਦੇਖ ਰਿਹਾ ਹੁਣ ਲੰਗਰ, ਅੰਤਮ ਸ਼ੋਹਾਂ, ਟਰੈਕਟਰ ਟਾਲੀਆਂ ਲਗਭਗ 90% ਤਾਂ ਤਿਆਰ ਆ, ਰਹਿੰਦੇ ਖੁੰਦੇ ਵੀ ਹੁਣ 1-2 ਦਿਨਾਂ ਵਿੱਚ ਉਹ ਤਿਆਰ ਹੋ ਜਾਣੇ ਆ, ਔਰ ਲੋਕ ਲਗਾਤਾਰ ਉਹਦੀ ਤਿਆਰੀ ਕਰ ਰਹੇ ਹੈਗੇ ਆ, ਤਾਂ ਉਹ ਤਿਆਰੀ ਵਿੱਚ ਜੁਟੇ ਹੋਏ ਆ ਸਾਡੀ ਸਾਰੀ ਜਨਤਾ। ਤੋ ਇਸ ਕਰਕੇ ਬੇਨਤੀ ਆ ਵੀ ਉਹ ਤਿਆਰੀ ਨਹੀਂ ਛੱਡਣੀ ਹੈਗੀ, ਆਪਾਂ ਤਿਆਰੀ ਵੱਧ ਤੋਂ ਵੱਧ ਕਰਨੀ ਹੈਗੀ ਆ, ਚਾਹੇ ਉਹ ਪੰਜਾਬ ਹੋਵੇ, ਰਾਜਸਥਾਨ ਹੋਵੇ, ਹਰਿਆਣਾ ਹੋਵੇ, ਇਹ ਵਿੱਚ ਅੰਦੋਲਨ 'ਚ ਦੇਖੋ
ਕਈ ਵਾਰੀ ਐ ਹੁੰਦੀਆਂ ਵੀ ਜੰਗਾਂ ਚੱਲਦੀਆਂ ਹੁੰਦੀਆਂ ਵਿੱਚ, ਲੜਾਈ ਦੇ ਵਿੱਚ ਵੀ ਮੰਨ ਲਓ ਕੇਵਲੇ ਲਾਠੀ ਚਾਰਜ ਕਰਤਾ ਸਰਕਾਰ ਨੇ, ਫਿਰ ਕਹਿੰਦੇ ਗੱਲ ਕਰੋ, ਤੇ ਇੱਕ ਬੰਨੇ ਸੰਘਰਸ਼ ਹੁੰਦੇ ਆ, ਗੱਲ ਵੀ ਕਰ ਰਹੇ ਹੁੰਦੇ ਆ, ਦੁਨੀਆਗਾੜੀ ਮੈਸੇਜ ਨਾ ਜਾਵੇ ਵੀ ਅਸੀਂ ਗੱਲ ਨੀ ਕਰਨਾ ਚਾਹੁੰਦੇ। ਸੋ ਇਸ ਕਰਕੇ ਬਾਕੀ ਗੱਲਾਂ ਵੀ ਕਰਾਂਗੇ, ਜਿਵੇਂ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਪਾਉਣ ਦਾ ਯਤਨ ਕੀਤਾ ਜਾ ਰਿਹਾ, ਕੋਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹ ਗੱਲ ਵੀ ਜਦੋਂ ਅਸੀਂ ਜਾਵਾਂਗੇ ਤਾਂ ਹੀ ਗੱਲਬਾਤ ਹੋਊਗੀ। ਤੋ ਇਸ ਕਰਕੇ ਇਹ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਇਹ ਪਹਿਲੀ ਸ਼ੁਰੂਆਤੀ ਜਿੱਤ ਵਾਲੀ ਗੱਲ ਆ ਵੀ ਉਹਨਾਂ ਨੇ ਅੰਦੋਲਨ ਤੋਂ ਪਹਿਲਾਂ ਇਹ ਗੱਲਬਾਤ ਲਈ ਕੇਂਦਰ ਨੂੰ ਮਨਾ ਲਿਆ, ਔਰ ਬੇਸ਼ੱਕ ਪੰਜਾਬ ਸਰਕਾਰ ਦਾ ਇਹਦੇ ਵਿੱਚ ਵੱਡਾ ਯੋਗਦਾਨ ਹੈਗਾ ਦੋਵੇਂ ਗੱਲਾਂ ਨੇ, ਪਰ ਅਸਲ ਭਰਾਓ ਇਸ ਦੇ ਹੱਕਦਾਰ ਆਮ ਲੋਕ, ਕਿਸਾਨ ਮਜ਼ਦੂਰ ਸਾਰੇ ਹੈਗੇ ਨੇ। ਹੁਣ ਦੇਖੋ ਅਸੀਂ ਮੰਗ ਪੱਤਰ ਤੇ ਗੱਲ ਕਰੀਏ, ਤੁਸੀਂ ਦੇਖ ਰਹੇ ਹੋ ਫਰਾਂਸ 'ਚ ਵੀ ਅੰਦੋਲਨ ਚੱਲ ਰਿਹਾ, ਤੇ ਅੰਦੋਲਨ ਜਰਮਨ 'ਚ ਵੀ ਚੱਲ ਰਿਹਾ, ਹੋਰਨਾਂ 'ਚ ਵੀ ਚੱਲ ਰਿਹਾ, ਹੰਗਰੀ 'ਚ ਵੀ ਹੈਗਾ, ਹੋਰ ਕੰਟਰੀਆਂ 'ਚ ਵੀ ਇਹ ਅੰਦੋਲਨ ਹੈਗਾ। ਉਹਨਾਂ ਦੀ ਜਿਹੜੀ ਵੀਡੀਓ ਆਈ ਸੀ ਉਹ ਇਹ ਸੀ ਵੀ ਇੱਕ ਤਾਂ ਇਹ ਸਬਸਿਡੀ ਤੇ ਫਲ ਤੇ ਸਬਜ਼ੀਆਂ ਬਾਹਰੋਂ ਮੰਗਾ ਰਹੇ, ਉਹ ਕਹਿੰਦੇ ਜਿਹੜੇ ਸਾਡੇ ਸਟੋਰ ਆ ਉਹਨਾਂ 'ਚੋਂ ਨਹੀਂ ਖਰੀਦੀਆਂ ਜਾ ਰਹੀਆਂ। ਸਾਡੇ ਨਾਲ ਜੁੜਦੀ ਗੱਲ, ਇੱਕ ਡੀਜ਼ਲ ਤੋਂ ਸਬਸਿਡੀ ਚੱਕੀ ਜਾ ਰਹੀ ਇੱਕ ਦਾ, ਹੁਣ ਅਸੀਂ ਵੀ ਤੁਹਾਨੂੰ ਕਹਿ ਰਹੇ ਹਾਂ ਵੀ ਇਹ ਵਿਦੇਸ਼ਾਂ ਤੋਂ ਜਿਨਸਾਂ ਮੰਗਾ ਰਹੇ ਆ, ਉੱਤੋਂ ਜਿਹੜਾ ਟੈਕਸ ਆਏ ਕਰ ਲੱਗਣਾ ਖਤਮ ਕਰ ਰਹੇ ਆ। ਉੱਥੇ ਤਾਂ ਸਰਕਾਰ ਸਬਸਿਡੀ ਦੇ ਕੇ ਮੰਗਾ ਰਹੀ ਨਾ, ਉਹਨਾਂ ਨੂੰ ਸਬਸਿਡੀ ਦੇ ਰਹੀ, ਤੇ ਬਾਹਰ ਵਾਲੀ ਚੀਜ਼ ਆ ਕੇ ਜ਼ਿਆਦਾ ਵਿਕ ਜਾਂਦੀ ਆ ਤੇ ਉੱਥੋਂ ਦੇ ਕਿਸਾਨ ਦਾ ਨੁਕਸਾਨ ਹੋ ਜਾਂਦਾ। ਤੋ ਸਾਡੇ ਵਾਲੀ ਸਮੱਸਿਆ ਵੀ ਜਿਉਂ ਦੀ ਤਿਉਂ ਰਿਹਾ ਵੀ ਜੇ ਵਿਦੇਸ਼ਾਂ ਤੋਂ ਇਹਨਾਂ ਨੇ ਸਾਰੀਆਂ ਫਸਲਾਂ ਮੰਗਵਾ ਲਈਆਂ ਔਰ ਉੱਤੋਂ ਟੈਕਸ ਖਤਮ ਕਰ ਦਿੱਤਾ, ਤੇ ਹਾਲਤ ਤਾਂ ਸਾਡੀ ਉਹਦਾ ਕਿਸਾਨ 400 ਕਿੱਲੇ ਵਾਲਾ, 300 ਕਿੱਲੇ ਵਾਲਾ ਬਹੁਤ ਵੱਡਾ ਕਿਸਾਨ ਹੈ ਯੂਰਪ ਦਾ, 20 ਸਹੂਲਤਾਂ ਨੇ ਉਹਦੇ ਕੋਲ, ਸਾਡੇ ਕੋਲ ਤਾਂ ਭਾਈ ਹੈ ਕੁਛ ਨਹੀਂ ਹੈਗਾ। ਇੱਕ ਤਾਂ ਉਹ ਸੀ ਵੀ ਉਹ ਵੱਡਾ ਵੀ ਹੋਊਗਾ, ਬਾਕੀ ਲੈਂਡ ਐਕੁਜੀਸ਼ਨ ਐਕਟ ਆ ਜਿਹਦੇ ਵਿੱਚੋਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਖੋਹਣ ਵਾਲੀ ਗੱਲ ਹੈਗੀ, ਉਹ ਵੀ ਕਰਾਂਗੇ, ਬਾਕੀ MSP ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਉਹਨਾਂ ਨੇ ਮੰਨਿਆ ਹੋਇਆ ਵਾ, ਬੜੀ ਗੱਲ ਹੈ। ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਇਹ ਵੀ ਗੱਲ ਵਿੱਚ ਹੈਗੀ ਆ। ਤੋ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ, ਇਹਦੇ ਨਾਲ ਲਖੀਮਪੁਰ ਖੀਰੀ ਦਾ ਇਨਸਾਫ, ਬਿਜਲੀ ਸੰਸ਼ੋਧਨ ਬਿੱਲ, ਪੋਲੂਸ਼ਨ ਐਕਟ 'ਚੋਂ ਕਿਸਾਨ ਨੂੰ ਕੱਢਣਾ, ਸਾਰੇ ਕੇਸ ਵਾਪਸ ਕਰਾਉਣੇ, ਵੱਡਾ ਮਸਲਾ ਵਾ ਪੰਜਾਬ ਦਾ, ਇਹ ਦੇਸ਼ ਦਾ ਵੱਡਾ ਮਸਲਾ, ਦਿੱਲੀ ਵਾਲੇ ਕੇਸ ਪਏ ਆ, ਇਹ ਵਾਪਸ ਕਰਾਉਣੇ ਆ। ਫਿਰ ਆਦੀਵਾਸੀਆਂ ਦੀ ਮੰਗ ਅਸੀਂ ਪਾਈ ਹੋਈ ਆ, ਫਿਰ ਮਜ਼ਦੂਰਾਂ ਦੀ ਨਰੇਗਾ ਜਿਹੜੀ 200 ਦਿਨ ਉਹ 'ਤੇ ਅਸੀਂ ਕੰਮ ਗੱਲਬਾਤ ਕਰਨੀ ਆ। ਤੋ ਇਹ ਸਾਰੀਆਂ ਮੰਗਾਂ ਮਸਲੇ ਹੈਗੇ ਆ, ਕਿਸਾਨ ਮਜ਼ਦੂਰ ਨੂੰ ਕਰਜ਼ ਮੁਕਤ ਕਰਵਾਉਣਾ ਹੈਗਾ ਵਾ, ਇਹ ਸਾਰੀਆਂ ਗੱਲਾਂ ਨੇ। ਤੋ ਇਸ ਕਰਕੇ ਭਰਾਓ ਡਟੇ ਰਹੋ, ਇਹ ਮੋਰਚਾ ਸਤਿਗੁਰ ਦੀ ਕਿਰਪਾ ਰਹੀ, ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਨੇ ਸ਼ੁਰੂਆਤ ਦੇ ਵਿੱਚ ਸਾਰਿਆਂ ਨੇ ਜ਼ੋਰ ਵਿਖਾਏ ਆ, ਪੂਰੀ ਤਿਆਰੀ ਕੀਤੀ ਆ, ਆਪਾਂ ਸਫਲ ਹੋਵਾਂਗੇ। ਇਸ ਸ਼ੇਅਰ ਨੂੰ ਵੱਧ ਤੋਂ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਧੰਨਵਾਦ।